छोटी मोटी कीमत हो रही
ਤੇ ਮਨੁੱਖ ਬੇਪਰਵਾਹੀ ਨਾਲ ਫੈਸਲਾ ਕਰ ਲੈ। ਜਿੱਥੇ ਇੰਨੀ ਵੱਡੀ ਕੀਮਤ ਦੇਣੀ ਪਵੇ ਕਿ ਇੱਕ ਵਾਰ ਹੱਥੋਂ ਗਈ ਹੋਈ ਰਾਸ ਬੋਲ ਨਾ ਪਰਤਣੀ ਹੋਵੇ, ਉਸ ਗੱਲ ਦਾ ਫੈਸਲਾ ਬੜੀ ਸਮਝਦਾਰੀ ਨਾਲ ਮਿਹਨਤ ਤੋਂ ਆਸਾਨ ਨਹੀਂ, ਜੀਵਨ ਦਾ ਫੈਸਲਾ। ਮਨੁੱਖ ਨੇ ਆਪਣਾ ਜੀਵਨ ਆਰਾਸ ਵਾਂਗੂ ਇਨਵੈਸਟ ਕਰਨਾ ਹੈ। ਤੇ ਕਿੱਥੇ ਕਰਨਾ ਇਹ ਫੈਸਲੇ ਕਰਨ ਦੀ ਲੋੜ ਹੈ। ਤੇ ਫੈਸਲਾ ਕਰਨ ਲੱਗਿਆਂ ਆਹਮੋ ਸਾਹਮਣੇ ਦੋ ਚੀਜ਼ਾਂ ਪਈਆਂ, ਮਨੁੱਖ ਨੂੰ ਕੰਪੇਅਰ ਕਰਨਾ ਪਏਗਾ। ਜੀਵਨ ਗਨੀਮਤ ਹੈ, ਸਧਾਰਨ ਤੌਰ ਤੇ ਸੌਖਾ ਨਹੀਂ ਮਿਲ ਜਾਂਦਾ। ਇੱਕ ਵਾਰ ਸ਼ਬਦ ਆਇਆ ਸੀ, ਜੀਵਨੋ ਮੈਂ ਜੀਵਨ ਪਾਇਆ, ਮੇਰਾ ਰੱਬ ਜੀਵਨ ਹੈ। ਉਹ ਹੋਇਆ ਕਿਸੇ ਨੂੰ ਜੀਵਨ ਦਿੰਦਾ ਹੈ, ਜਿਹਦੇ ਕੋਲ ਆਪਣਾ ਜੀਵਨ ਉਧਾਰਾ ਹੈ ਉਹ ਕਿਸੇ ਨੂੰ ਕੀ ਦੇਵੇਗਾ। ਸਾਡੇ ਤੁਹਾਡੇ ਕੋਲ ਜੀਵਨ ਹੈ ਪਰ ਆਪਣਾ ਨਹੀਂ, ਉਧਾਰਾ ਲਿਆ ਹੋਇਆ। ਸਾਡਾ ਜੀਵਨ ਆਪਣਾ ਥੋੜ੍ਹਾ, ਨਾ ਆਪਣੀ ਮਰਜ਼ੀ ਨਾਲ ਸਾਨੂੰ ਮਿਲਿਆ, ਨਾ ਆਪਣੀ ਮਰਜ਼ੀ ਨਾਲ ਸਾਡੇ ਕੋਲ ਰਹਿਣਾ। ਜਿਹੜਾ ਜੀਵਨ ਅਸੀਂ ਭੋਗ ਰਹੇ ਹਾਂ, ਜਿਹੜਾ ਹਰ ਕਿਸੇ ਨੂੰ ਮਿਲਦਾ ਹੈ, ਉਹ ਸਾਡਾ ਆਪਣਾ ਨਹੀਂ ਹੁੰਦਾ, ਕੋਈ ਦਿਨ ਪਹਿਲੇ। ਤੇ ਜਿਹਦੇ ਕੋਲ ਆਪ ਕੋਲ ਹੀ ਉਧਾਰੀ ਚੀਜ਼ ਹੋਵੇ ਉਹ ਕਿਸੇ ਨੂੰ ਕੀ ਦੇਵੇ। ਇਸੇ ਕਾਰਨ ਅਸੀਂ ਕਿਸੇ ਨੂੰ ਜੀਵਨ ਨਹੀਂ ਦੇ ਸਕਦੇ। ਗੁਰਬਾਣੀ ਦਾ ਸ਼ਬਦ ਵੀ ਆਉਂਦਾ ਹੈ, ਜਦੋਂ ਕਿਸੇ ਦੇ ਘਰ ਬੱਚਾ ਜਨਮ ਲੈਂਦਾ, ਅਸੀਂ ਇਹ ਗੱਲ ਆਖਦੇ ਹਾਂ ਕਿ ਇਹਨੂੰ ਜੀਵਨ ਦੇਣ ਵਾਲਾ ਇਹਦਾ ਪਿਤਾ ਹੈ। ਬਲਕਿ ਗੁਰਬਾਣੀ ਨੇ ਦੋ ਹੱਥੀ ਫੈਸਲਾ ਦੇ ਦਿੱਤਾ, ਕਹਿਣ ਲੱਗੇ ਸਤਿਗੁਰ ਸਾਚੇ ਦੀਆ ਭੇਜ। ਕਿਸੇ ਨੇ ਭੇਜਿਆ ਤੇ ਭੇਜਿਆ ਵੀ ਉਹਨੇ ਹੈ ਜਿਹਨੂੰ ਅਸੀਂ ਜਾਣਦੇ ਨਹੀਂ। ਨਾ ਤਾਂ ਭੇਜਣ ਵਾਲਾ ਕੋਈ ਹੋਰ ਸਾਡੇ ਕੋਲ, ਤੇ ਜਿਹੜਾ ਆਪਣੇ ਕੋਲ ਜੀਵਨ ਹੈ ਉਹ ਵੀ ਉਹਦਾ ਹੈ। ਇਸੇ ਲਈ ਫੈਸਲਾ ਕਰ ਦਿੱਤਾ, ਕਹਿਣ ਲੱਗੇ ਜਿਹਦੇ ਕੋਲ ਆਪਣਾ ਜੀਵਨ ਹੈ ਨਾ, ਜਿਹੜਾ ਕਿਸੇ ਕੋਲੋਂ ਜੀਵਨ ਲੈਣ ਨਹੀਂ ਜਾਂਦਾ, ਰੱਬ ਕਦੇ ਕਿਸੇ ਕੋਲੋਂ ਜੀਵਨ ਲੈਣ ਨਹੀਂ ਜਾਂਦਾ। ਇਸ ਲਈ ਤਾਂ ਆਖਦੇ ਨੇ ਸਵੈਭਾਗ, ਜਿਹੜਾ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਵੇ, ਆਪੇ ਆਪ ਨਿਰੰਜਨ ਸੋਏ ਉਹ ਜਿਉਂਦਾ। ਜੀਵਨ ਹੈ ਨਿਰਾ ਜੀਵਨ ਹੈ, ਔਰ ਕਿਹੜੀ ਅਜੀਬ ਗੱਲ ਹੈ, ਉਹਦੇ ਕੋਲ ਨਿਰਾ ਜੀਵਨ ਹੈ ਫਿਰ ਉਹ ਜੀਵਨ ਕਿਸੇ ਕੋਲੋਂ ਉਧਾਰਿਆ ਨਹੀਂ ਲਿਆ, ਉਹਨੇ ਕਿਸੇ ਕੋਲ ਮੰਗ ਕੇ ਨਹੀਂ ਲਿਆ, ਉਹਦਾ ਆਪਣਾ ਜੀਵਨ ਹੈ। ਹਾਂ, ਜਿਹਦੇ ਕੋਲ ਆਪਣਾ ਹੈ ਉਹ ਦੇ ਵੀ ਸਕਦਾ, ਇਸੇ ਲਈ ਉਹ ਦੁਨੀਆਂ ਨੂੰ ਜੀਵਨ ਪਿਆ ਦਿੰਦਾ ਹੈ।
ਕਿਉਂਕਿ ਉਹਦੇ ਕੋਲ ਆਪਣੇ ਕੋਲ ਜੀਵਨ ਆਪਣਾ। ਕਿਸੇ ਵੀ ਦੁਨੀਆ ਨੂੰ ਇੱਕ ਗੱਲ ਮੰਨਣੀ ਪਈ, ਖਜ਼ਾਨੇ ਕੋਲੋਂ ਜੀਵਨ ਲਿਆ ਹੈ। ਪਰ ਕਿੰਨੀ ਅਜੀਬ ਗੱਲ ਹੈ, ਜੀਵਨ ਦੇ ਖਜ਼ਾਨੇ ਕੋਲੋਂ ਜੀਵਨ ਲਿਆ, ਉਹਨੂੰ ਕੋਈ ਕੀਮਤ ਨਹੀਂ ਦਿੱਤੀ, ਤੇ ਉਸ ਜੀਵਨ ਨੂੰ ਮੈਂ ਇਨਵੈਸਟ ਕਰਾਂ, ਇਹ ਤਾਂ ਆਪਣੇ ਆਪ ਤੇ ਨਿਰਭਰ ਹੋ ਗਿਆ ਨਾ। ਇਨਵੈਸਟ ਤਾਂ ਅਸੀਂ ਤੁਸੀਂ ਕਰਨਾ ਔਰ ਕਰ ਰਹੇ, ਹਰ ਕੋਈ ਜਾਣਦਾ ਮੈਂ ਜੀਵਨ ਕਿੱਥੇ ਇਨਵੈਸਟ ਕਰ ਰਿਹਾ। ਅਸੀਂ ਆਪ ਜੀਵਨ ਇਨਵੈਸਟ ਕਰ ਰਹੇ, ਇਹ ਹੱਕ ਸਾਨੂੰ ਦੇ ਦਿੱਤਾ ਗਿਆ। ਪਰ ਇੱਕ ਗੱਲ ਆਖੀ ਗਈ ਵੀ ਸਮਝ ਕੇ ਕਰੀਏ, ਮੁੜ ਮੁੜ ਨਹੀਂ ਮਿਲਣਾ। ਤੇ ਸਮਝਣ ਲਈ, ਫੈਸਲਾ ਕਰਨ ਲਈ ਇੱਕ ਜਾਗਰਤੀ ਦੀ, ਸਿਆਣਪ ਦੀ, ਗਿਆਨ ਦੀ, ਪਛਾਣ ਦੀ ਲੋੜ। ਹੁਣ ਦੋ ਚੀਜ਼ਾਂ ਪਈਆਂ ਨੇ ਆਹਮੋ ਸਾਹਮਣੇ, ਤੂੰ ਫੈਸਲਾ ਕਰ ਜੀਵਨ ਕਿੰਦੇ ਤੇ ਇਨਵੈਸਟ ਕਰਨਾ ਹੈ। ਇੱਕ ਪਾਸੇ ਪਦਾਰਥ ਹੈ, ਇੱਕ ਪਾਸੇ ਪਰਮਾਰਥ ਹੈ, ਦੋ ਚੀਜ਼ਾਂ। ਇੱਕ ਪਾਸੇ ਪਦਾਰਥ ਹੈ, ਉਹ ਵੀ ਹਾਰ ਨੂੰ ਚੰਗਾ ਲੱਗਦਾ। ਕਿਹੜਾ ਮਨੁੱਖ ਪਦਾਰਥ ਤਿਆਗ ਸਕਦਾ? ਇੱਕ ਪਾਸੇ ਪਰਮਾਰਥ ਹੈ, ਇੱਕ ਪਾਸੇ ਰਾਜ ਭਾਗ ਬਾਦਸ਼ਾਹੀ ਹੈ, ਇੱਕ ਪਾਸੇ ਪਾਤਸ਼ਾਹੀ ਹੈ। ਦੋਵਾਂ ਦਾ ਲਫ਼ਜ਼ਾਂ ਦਾ ਵੀ ਬੜਾ ਫਰਕ ਹੈ, ਮੈਂ ਕਰ ਸਕਦਾ ਵਰਤੇ ਨੇ ਨਾਲ ਵਰਤੇ ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹ ਵਰਤਿਆ ਸੱਚਾ ਪਾਤਸ਼ਾਹ। ਅਗਲੇ ਪਾਸੇ ਕੀ ਆਖਿਆ ਨੇ, ਹੋਰ ਹੋਰ ਕੂੜੇ ਬਾਦਸ਼ਾਹ ਦੁਨੀਆਂ ਵੇ ਲਫ਼ਜ਼ਾਂ ਪੈ ਗਏ। ਉੱਥੇ ਪਾਤਸ਼ਾਹ, ਇੱਥੇ ਬਾਦਸ਼ਾਹ। ਕਦੀ ਭਾਈ ਸਾਹਿਬ ਦੀ ਇਹ ਲਾਈਨ ਪੜ੍ਹੀ, ਕਿੱਡੀ ਦੂਰ ਅੰਦੇਸ਼ੀ, ਸ਼ਬਦ ਚੋਣ ਕਿੰਨੀ ਖੂਬਸੂਰਤ ਹੈ। ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ, ਹੋਰ ਕੂੜੇ ਬਾਦਸ਼ਾਹ ਦੁਨੀਆਂ ਵਿੱਚ। ਪਾਤ ਦਾ ਅਰਥ ਹੈ ਇੱਜ਼ਤ ਮਾਣ, ਪਾਤ ਵਡਿਆਈਆਂ ਦਾ ਸ਼ਾਹ, ਜਿਹਦੇ ਕੋਲ ਵਡਿਆਈਆਂ ਹੀ ਵਡਿਆਈਆਂ। ਆਪਾਂ ਰੋਜ਼ ਪੜ੍ਹ ਰਹੇ ਪੌੜੀ, ਵੱਡੇ ਦੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਸਭ ਕੁਝ ਉਹਦਾ ਆਪਣਾ ਦੇ ਦੇ। ਇਹ ਸਭ ਵੀ ਨਹੀਂ ਮੰਗ ਰਿਹਾ, ਕੀਮਤ ਵੀ ਨਹੀਂ ਲੈ ਰਿਹਾ। ਜੋ ਦਿੰਦਾ ਉਹ ਮੁੜ ਵਾਪਸ ਪਰਤੂਦਾ ਹੀ ਨਹੀਂ, ਕਹਿੰਦਾ ਨਹੀਂ ਮੈਨੂੰ, ਇਹ ਕਹਿੰਦਾ ਨਹੀਂ ਮੈਨੂੰ ਵਾਪਸ ਦੇ। ਮੈਂ ਇੱਕ ਗੱਲ ਕੀਤੀ ਸੀ, ਪਾਣੀ ਦਾ ਬਿੱਲ ਸਾਡੇ ਕੋਲ ਹਰ ਮਹੀਨੇ ਆ ਜਾਂਦਾ, ਹਾਲਾਂਕਿ ਪਾਣੀ ਜਿਹੜੇ ਬਿੱਲ ਮੰਗਣ ਵਾਲੇ ਨੇ, ਪਾਣੀ ਉਹਨਾਂ ਨੇ ਬਣਾਇਆ ਨਹੀਂ, ਉਹਨਾਂ ਨੇ ਸਿਰਫ ਤੁਹਾਡੇ ਤੱਕ ਪਹੁੰਚਾਇਆ। ਬਣਾਉਣ ਵਾਲਾ ਕੋਈ ਹੋਰ ਹੈ? ਜਿਹਨੇ ਪਾਣੀ ਬਣਾਇਆ ਉਹਨੇ ਤਾਂ ਬਿੱਲ ਭੇਜਿਆ ਨਹੀਂ,
जय प्रसाद पीवे शीतल जला। उन्होंने समुद्र बड़ा छे पानी, दरिया पै बगदे ने पानी, दुनिया अपनी खेती बाड़ी में पानी पी देती, दिन रात कपड़े धोन इशनान कर, दिन रात पानी वर्तन ते उनका दिता होया सागर रूप पानी कभी मुकदा ही नहीं। कदे उन्हें बिल नहीं भेजे ते उन्हें बनाए हुए पानी विचों कुछ हिस्सा गिणिया मिथिया मीटर ला के तुहाडे घर भेजन वाला बिल भेज रहा है, क्योंकि इन्हें कोई शक्ति उन्नी की है, उन्हें कोई शक्ति वड्याइया पौड़ी वे वड्याइया कुछ कहना कहन ना जाए, सो करता कादर करीम दे जिया रिजक संभाए, सारे रिजक दे रहे हैं। हम फैसला करना है राजा कौन है, लो इतो ले लो, राजा कौन है, मैं किनू राजा बनना, मैं किन्दे राज दी रैयत बना। एक राजा वो है जिन्हें इन्ना पानी बना देता है, जिन्हें पवन बना देती है, बिल भी नहीं मंगिया, एहसान भी कदी नहीं जितवाया। एक राजा वो है, एक राजा वो है जिन्हें उनकी बनाई हुई चीज विचों थोड़ी जी मैनू सिर्फ पहुंचाई है पानी के रूप में, पवन के रूप में उन्हें बिल मंग लिया। जे भला असी इन दोवां राजे विचों चोन करनी हो कि करो, फैसला साढ़े सामने कंपेयर करना पड़ेगा। जी भला उन्हें दो राजे चोन करनी होगी तो राजा के तुम किस राजे की रीयत बढ़ के रहना चाहते हो, जो पल पल से बिल मंगता है, जिंदे बिल तारन वास्ते रात पर चैन नहीं है, नींद नहीं आती, जो बिल देने वाले उन्होंने पूछो उसनू राजा बनने उनकी रीयत बनने के तैयार होगा, जो बिल ही नहीं मंगता दे जाता देंदा दे लेंदे थक पाए जुगा जुगां तर खाई खाए जुगां तो दे ही जांदा जो खा लैण कदे बिल नहीं भेजे उसने। हुण दोवां विचों तुसीं राजा किन्नू मन्नदे हो, इत्थे मनुख कोल जो कुछ है वह पदार्थ की दुनिया में सोचण लई है, हालांकि गुरु ने शब्द दीआं इहदीआं कुछ लाइनां विच बड़े ਸੁਰਤ ਢੰਗ ਨਾਲ ਸਮਝਾਇਆ। ਅਸੀਂ ਕਈ ਵਾਰ ਜਦੋਂ ਸ਼ਬਦ ਇਕੱਲਾ ਪੜ੍ਹਦੇ ਹਾਂ ਸਮਝਦੇ ਹਾਂ ਵੀ ਕੋਈ ਇਹ ਸ਼ਬਦ ਜਿਹੜਾ ਕਿਸੇ ਗੰਭੀਰ ਸਮਝ ਪੜ੍ਹਨ ਵਾਲਾ ਨਹੀਂ, ਨਹੀਂ ਇਹ ਸਮਝਣ ਵਾਲਾ। ਕਹਿਣ ਲੱਗੇ ਇੱਕ ਉਹ ਹੈ ਜਿਹੜਾ ਪਰਮਾਰਥ ਦਾ ਰਾਜਾ ਹੈ, ਇੱਕ ਉਹ ਹੈ ਜਿਹੜਾ ਪਦਾਰਥ ਦਾ ਰਾਜਾ, ਜਿਹਦੇ ਕੋਲ ਪਦਾਰਥ ਦੇ ਅੰਬਾਰ ਲੱਗੇ ਹੋਏ ਨੇ, ਬਹੁਤ ਸਾਰੀ ਦੌਲਤ ਹੈ, ਦਰਵਾਜ਼ੇ ਤੇ ਹਾਥੀ ਘੋੜੇ ਬਣੇ ਹੋਏ ਨੇ, अपने आप राजा कौन मसलत पर बैठा, लोगों के सामने भी सलामा कर दे, उनकी रईत बन के रहना भी लोग पसंद करी कि छोटे दिल दे पसंद चोन ही करनी नहीं आई, उनके कोल दौलत की कोई कमी नहीं, रावण वर्गा जिंदा सोने का रोल कहते महल एक ਜਿਹੜਾ ਸਾਰਿਆਂ ਨੂੰ ਦੇ ਜਾਂਦਾ ਉਹਦਾ ਮੁੱਕਦਾ ਹੀ ਨਹੀਂ, ਦਲ ਖਜ਼ਾਨਾ ਹੀ ਮੁੱਕਦਾ। ਫੈਸਲਾ ਕਰੋ ਇਸ ਸ਼ਬਦ ਦੀ ਦੋ ਲਾਈਨਾਂ ਵਿੱਚ ਫੈਸਲਾ ਕਹਿਣ ਲੱਗੇ ਰਾਮ ਰਾਜਾ ਰਾਮ ਰਾਜਾ ਨੌ ਨਿਧ ਮੇ ਮੇਰੇ ਘਰ ਵਿੱਚ ਜਿਹੜੀਆਂ ਨੌਨਿਧੀਆਂ ਨੇ ਨਾ ਇਹ ਮੇਰੇ ਰਾਮ ਰਾਜੇ ਦੀਆਂ ਦਿੱਤੀਆਂ ਹੋਈਆਂ ਨੇ, ਮੈਨੂੰ
जो सुख चाहिए मेनू राम राजा दिता है। राम राजा ਇੰਤੇ ਮੇਰੇ ਕੋਲ ਕੀ ਸੀ ਜਦੋਂ ਮੈਂ ਜਨਮ ਲਿਆ ਸੀ ਮੇਰੇ ਤਨ ਤੇ ਕੱਪੜਾ ਵੀ ਕੋਈ ਨਹੀਂ ਸੀ ਰਨ ਕਰਦੇ ਨੇ ਕਿਸ ਤਰ੍ਹਾਂ ਅਸੀਂ ਸਮਝਦੇ ਵੀ ਖੌਰੇ ਇਹ ਕੋਈ ਮਾਤਮ ਦਸ਼ਾ ਹੈ ਨਹੀਂ ਕਹਿਣ ਲੱਗੇ ਮੇਰੇ ਕੋਲ ਹੈ ਕੀ ਸੀ ਜਦੋਂ ਮੈਂ ਪੈਦਾ ਹੋਇਆ ਨਾਂਗੇ ਆਉਣ ਤਨ ਤੇ ਕੱਪੜਾ ਵੀ ਕੋਈ ਨਹੀਂ ਸੀ ਮਾਂ ਬਾਪ ਨੂੰ ਫਿਕਰ ਪਿਆ ਹੋਇਆ ਸੀ ਬੱਚੇ ਨੇ ਜਨਮ ਲੈਣਾ ਇਹਦੇ ਲਈ ਪੋਤਲੇ ਪਹਿਲਾਂ ਬਣਾ ਲਓ ਪਿੱਛੋਂ ਮਾਵਾਂ ਕੋਲ ਥੱਲੇ ਬਣਾਉਣਾ ਸ਼ੁਰੂ ਕਰ ਦਿੰਦੀਆਂ ਤਨ ਤੇ ਕੱਪੜਾ ਕੋਈ ਤੇ ਜਿਸ ਦਿਨ ਗਿਆ ਜਾਣਾ ਹੈ ਉਸ ਦਿਨ ਵੀ ਤਨ ਤੇ ਕੱਪੜਾ ਕੋਲ ਫਿਰ ਵੀ ਲੋਕਾਂ ਨੂੰ ਫਿਕਰ ਹੋਣਾ ਇਹਦੇ ਤਨ ਤੇ ਕੋਈ ਕੱਪੜਾ ਪਾ ਲਓ ਇੱਕ ਸਮਝਾਉਣ ਦਾ ਤਰੀਕਾ ਨਾਂਗੇ ਆਵਣ ਨੰਗੇ ਜਾਣਾ ਤੇ ਕਹਿਣ ਲੱਗੇ ਕਿਸੇ ਗਰੀਬ ਦੀ ਗੱਲ ਨਹੀਂ ਕਰ ਰਿਹਾ ਇਹੋ ਹਾਲਤ ਇਹੋ ਗੱਲ ਲਾਗੂ ਹੁੰਦੀ ਹੈ ਰਾਜਿਆਂ ਮਹਾਰਾਜਿਆਂ ਤੇ ਰਾਜੇ ਦੇ ਘਰ ਦੇ ਨੂੰ ਕੋਈ ਪੁੱਤਰ ਜਨਮਦਾ ਉਹਦੇ ਕਿਹੜੇ ਪਸ਼ਮੀਨੇ ਦੇ ਕੱਪੜੇ ਪਾਏ ਹੁੰਦੇ ਨੇ ਸਾਰਿਆਂ ਤੇ ਲਾਗੂ ਹੁੰਦੀ ਹੈ ਜੇ ਰਾਜੇ ਦੇ ਘਰ ਸੰਤਾਨ ਪੈਦਾ ਹੋਵੇ ਤੇ ਕੀ ਜਨਮ ਲੈਣ ਲੱਗਿਆ ਉਹਨੇ ਮਖਮਲ ਪਾਈ ਹੋਵੇਗੀ ਬਿਲਕੁਲ ਨਹੀਂ ਉਹ ਵੀ ਨਗਨ ਹੋਵੇਗਾ ਜਿੰਨੇ ਰਿਸ਼ਤੇਦਾਰ ਮਿੱਤਰ ਦੋਸਤ ਸਾਰੇ ਸ਼ਾਲਾਂ ਲਿਆ ਲਿਆ ਆਪਣਾ ਆਪਣਾ ਨਾਮ ਕਰਾਉਣ ਵਾਸਤੇ ਬਹੁਤ ਸਾਰਾ ਕੁਝ ਇਕੱਠਾ ਹੋ ਜਾਂਦਾ ਮੈਂ ਬਲਕਿ ਹੈਰਾਨ ਹੁੰਦਾ ਜੋ ਕੁਝ ਮੇਰੇ ਸਾਹਮਣੇ ਆਉਂਦਾ ਇੱਥੇ ਤੱਕ ਪਤਾ ਨਹੀਂ ਤਾਂ ਬਹੁਤ ਜਿੰਨੇ ਆਏ ਹੁੰਦੇ ਨੇ ਸਾਰੇ ਲੋਈਆਂ ਸਾਰੇ ਸ਼ਾਲਾਂ ਪਾਈ ਜਾਂਦੇ ਬਹੁਤ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਤੇ ਜਦੋਂ ਮਸਾਂ ਭੂਮਿਕਾ ਵਿੱਚ ਲੈ ਕੇ ਜਾਂਦੇ ਜਿਹੜਾ ਉੱਥੇ ਰਹਿੰਦਾ ਉਹ ਸਾਰੀਆਂ ਲਾ ਕੇ ਉਹ ਇਸੇ ਦੀ ਉਡੀਕ ਵਿੱਚ ਉਹ ਫਿਰ ਦਿਹਾੜੀ ਤਾਂ ਪਤਾ ਨਹੀਂ ਕਿੰਨੇ ਇਕੱਠੀਆਂ ਹੋ ਜਾਣੀਆਂ ਫਿਰ ਉਹ ਇਕੱਠੀਆਂ ਕਰਕੇ ਦੁਕਾਨਦਾਰਾਂ ਨਾਲ ਉਹਦਾ ਕੰਟੈਕਟ ਕੀਤਾ ਹੁੰਦਾ ਦੁਕਾਨਦਾਰਾਂ ਕੋਲ ਨਹੀਂ ਆਉਂਦੇ ਦੁਕਾਨਦਾਰ ਉਸੇ ਨੂੰ ਮੁੜ ਕੇ ਪੈਕ ਕਰਾ ਕੇ ਫਿਰ ਵੇਚਣ ਲਈ ਤੁਹਾਡੇ ਸਾਹਮਣੇ ਰੱਖ ਦਿੰਦੇ ਇਹ ਕੁਛ ਚੱਲ ਰਿਹਾ ਖਿਆਲ ਕੈਸਾ ਕਬੀਰ ਜੀ ਕਹਿਣ ਲੱਗੇ ਭਲਿਆ ਕਿਹੜੀ ਅਜੀਬ ਗੱਲ ਹੈ ਜਿਹਨੂੰ ਤੂੰ ਰਾਜਾ ਮੰਨ ਰਿਹਾ ਸੰਸਾਰਿਕ ਤੌਰ ਤੇ ਉੱਥੇ ਆਪ ਵੀ ਪੈਦਾ ਹੋਇਆ ਤੇ ਨਗਨ ਹੋਇਆ ਜਦੋਂ ਉਹਨੇ ਜਾਣਾ ਉਦੋਂ ਵੀ ਨਗਰ ਜਾਣਾ ਸੀ ਬਾਦਸ਼ਾਹ ਸਿਕੰਦਰ ਦਾ ਜਦੋਂ ਸਮਾਂ ਆਇਆ ਕਹਿੰਦੇ ਨੇ ਉਹਦੇ ਨੇੜੇ ਦੇ ਅਹਿਲਕਾਰ ਉਹਨਾਂ ਨੂੰ ਬੁਲਾ ਲਿਆ ਉਸ ਕਹਿਣ ਲੱਗਾ ਮੇਰੀ ਇੱਕ ਅੰਤਿਮ ਇੱਛਾ ਯਾਦ ਕਿਉਂ ਕਰਿਓ ਜਦੋਂ ਮੇਰਾ ਤਨ ਕਫਨ ਵਿੱਚ ਲਪੇਟੋ ਮੇਰੇ ਦੋਨੋਂ ਹੱਥ ਬਾਹਰ ਕੱਢ ਦੇਣ ਪਰ ਤੁਸੀਂ ਇਹਦਾ ਮਕਸਦ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਕੀ ਦੇਣਾ ਚਾਹੁੰਦੇ ਹੋ ਦੋ ਹਰਫੀ ਮੈਸੇਜ ਸੀ ਕਹਿਣ ਲੱਗੇ ਲੋਕ ਸਮਝਦੇ ਹੋਣਗੇ ਇੰਨੀ ਦੁਨੀਆ ਦੀ ਦੌਲਤ ਇਕੱਠੀ ਕਰਨ ਵਾਲਾ ਬਾਦਸ਼ਾਹ ਸਿਕੰਦਰ ਜ਼ਰੂਰ ਕੁਝ ਨਾਲ ਲੈ ਗਿਆ ਹੋਵੇਗਾ ਮੈਂ ਚਾਹੁੰਦਾ ਮੇਰੇ ਦੋਨੋਂ ਹੱਥ ਬਾਹਰ ਹੋਣ ਤੇ ਖਾਲੀ ਹੋਣਗੇ ਲੋਕ ਵੇਖ ਲੈਣਗੇ ਨਾਲ ਕੁਛ ਨਹੀਂ ਲੈ ਕੇ ਆਖਿਆ ਸਿਕੰਦਰ ਆਜ਼ਮ ਜਬ ਜਹਾਨ ਸੇ ਚਲਾ ਤੋ ਹੱਥ ਖਾਲੀ ਕਫਨ ਸੇ ਬਾਹਰ ਥਾ ਸਮਝਾਉਣ ਦਾ ਤਰੀਕਾ ਬਾਬਾ ਕਵੀ ਜੀ ਦਾ ਰਾਜਾ ਕਿਹਨੂੰ ਮੰਨਣਾ ਹੈ ਉਸ ਰਾਜੇ ਨੂੰ ਜਿਹੜਾ ਆਪ ਖਾਲੀ ਨਗਨ ਆਇਆ ਤੇ ਨਗਨ ਚਲਾ ਗਿਆ ਉਹਨੂੰ ਰਾਜਾ ਮੰਨਣਾ ਤੂੰ ਕੀ ਉਸ ਨੂੰ ਰਾਜਾ ਮੰਨਣਾ ਜਿਹਦੇ ਸੰਬੰਧ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਆਵਤ ਸੰਗ ਨਾ ਜਾਤ ਸੰਗਾਤੀ ਕਾਂ ਭਇਓ ਦਰਬੰਦ ਹਾਥੀ ਜਦੋਂ ਆਇਆ ਸੀ ਉਦੋਂ ਕੀ ਆਪਣੇ ਹਾਥੀ ਘੋੜੇ ਨਾਲ ਲੈ ਕੇ ਆਇਆ ਸੀ
ਜਦੋਂ ਹੁਣ ਜਾ ਰਿਹਾ ਉਹ ਆਪੀ ਘੜੇ ਨਾਲ ਜਾਲ ਲੈ ਕੇ ਜਾ ਰਿਹਾ ਆਵਤ ਸੰਘ ਇੰਨਾ ਜਾਤ ਸੰਘ ਆਪੀ ਕਾਂ ਭਇਓ ਦਰਬਾਰ ਦਰਵਾਜ਼ੇ ਤੇ ਬੱਚੇ ਦੇ ਆ ਕੇ ਬੰਨੇ ਤੇ ਬੰਨੇ ਬੰਨੇ ਰਹਿ ਗਏ ਆਵਤ ਸੰਘ ਨੇ ਜਾਤ ਸੰਘ ਆਪੀ ਕਾਂ ਭਇਓ ਦਰਬਾਰ ਦੇ ਹਾਥੀ ਕਹਿੰਦੇ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿਣ ਲੱਗੇ ਮੈਂ ਇਸ ਲਈ ਮੈਂ ਇੱਕ ਗੱਲ ਸਮਝਾਉਣਾ ਚਾਹਨਾ ਕਿ ਤੇਰਾ ਰਾਜਾ ਸੰਸਾਰਕ ਰਾਜਾ ਨਹੀਂ ਉਹਦੀ ਰਈਅਤ ਨਾ ਬਣ ਬਲਕਿ ਰਾਮ ਰਾਜਾ ਦੀ ਰਈਅਤ ਬਣ ਜਿਹਦੇ ਖਜ਼ਾਨੇ ਮੁੱਕਦੇ ਨਹੀਂ ਜਿਹੜਾ ਦੇਈ ਜਾਂਦਾ ਤੇ ਅੱਕਦਾ ਨਹੀਂ ਪਰ ਇੱਕ ਖਿਆਲ ਕਰੀ ਉਹਦੀ ਰਈਅਤ ਬਣਨ ਲਈ ਇੱਕ ਸ਼ਰਤ ਹੈ ਉਹਦੀ ਰੀਅਤ ਬਣਨ ਵਾਸਤੇ ਤੈਨੂੰ ਗੁਣ ਇਕੱਠੇ ਕਰਨੇ ਪੈਣੇ ਰੱਬ ਦਾ ਬਣਨ ਲਈ ਗੁਣ ਇਕੱਠੇ ਕਰਨੇ ਪੈਂਦੇ ਨੇ ਅਵਗੁਣਾਂ ਨਾਲ ਤੂੰ ਸੰਸਾਰਕ ਰਾਜਿਆਂ ਦੀ ਰੀਅਤ ਬਣ ਸਕਣਾ ਹੈ ਉਸ ਮਾਲਕ ਦੀ ਉਸ ਰਾਜੇ ਦੀ ਰੀਅਤ ਬਣਨ ਲਈ ਗੁਣ ਇਕੱਠੇ ਕਰਨੇ ਪੈਂਦੇ ਨੇ ਤੇ ਜੇ ਤੇਰੇ ਕੋਲ ਗੁਣ ਨਾ ਹੋਏ ਤਾਂ ਤੂੰ ਜੀਵਨ ਦੀ ਬਾਜੀ ਇਉਂ ਹਾਰ ਕੇ ਜਾਵੇਂਗਾ ਜਿਵੇਂ ਜੁਆਰੀ ਕੋਈ ਜੂਆ ਖੇਡਦਾ ਖੇਡਦਾ ਸਭ ਕੁਝ ਹਾਰ ਜਾਏ ਨਾ ਤੇ ਫਿਰ ਉੱਠਣ ਲੱਗਿਆ ਇਉਂ ਦੋ ਹੱਥ ਚਾੜ ਦਿੰਦਾ ਕੋਈ ਨਹੀਂ ਹੁਣ ਮੇਰੇ ਕੋਲ ਬਾਕੀ ਹੋਰ ਕੁਝ ਨਹੀਂ ਵਿਅੰਗ ਕੀਤਾ ਕਹਿੰਦੇ ਕਰਕੇ ਕਹਿੰਦੇ ਤੇਰਾ ਕੋਈ ਰਾਜਾ ਹੋਰ ਹੋਏਗਾ ਤੈਨੂੰ ਕਿਸੇ ਆਪਣੀ ਸੰਪਤੀ ਤੇ ਕਲਿਤ ਤੇ ਸੰਸਾਰ ਦੇ ਪਦਾਰਥਾਂ ਤੇ ਮਾਣ ਹੋਵੇਗਾ ਉਹ ਤੇਰੇ ਕੋਲ ਰਹਿਣ ਮੇਰੇ ਕੋਲ ਮੇਰਾ ਰਾਮ ਰਾਜਾ ਆ ਜਾਏ ਮੇਰੇ ਜੀਵਨ ਦਾ ਸਹਾਰਾ ਉਹ ਰਾਜਾ ਨਾਮ ਮੀਤ
ਮੈਂ ਉਹਦੀ ਰਈਅਤ ਹਾਂ, ਉਸੇ ਨੇ ਮੈਨੂੰ ਜੀਵਨ ਦਿੱਤਾ, ਉਸੇ ਨੇ ਮੈਨੂੰ ਜਨਮ ਦਿੱਤਾ ਅਤੇ ਉਸੇ ਨੇ ਹੀ ਮੈਨੂੰ ਜੀਵਨ ਭਰ ਪਾਲਣਾ ਅਤੇ ਮੇਰੇ ਜੀਵਨ ਦੀ ਸੰਭਾਲ ਕਰਨੇ। ਮੈਂ ਕਿਸੇ ਸੰਸਾਰਕ ਰਾਜੇ 'ਤੇ ਭਰੋਸਾ ਅਤੇ ਵਿਸ਼ਵਾਸ ਨਹੀਂ ਰੱਖਣਾ, ਮੇਰਾ ਰਾਜਾ ਮੇਰਾ ਪ੍ਰਭੂ ਹੈ। ਕਹੂ ਹਰ ਸਮਾਨ ਨਹੀਂ ਰਾਜਾ, ਮੇਰੇ ਰੱਬ ਵਰਗਾ ਹੋਰ ਕੋਈ ਰਾਜਾ ਨਹੀਂ। ਇਹ ਭੂਪਤ ਸਭ ਦਿਵਸ ਚਾਰ ਕੇ, ਇੱਥੇ ਭੂਪਤ ਲਫ਼ਜ਼ ਵਿਰੋਧ ਰੱਖ ਨਾ ਪਾਤਸ਼ਾਹ ਅਤੇ ਬਾਦਸ਼ਾਹ, ਇੱਥੇ ਲਫ਼ਜ਼ ਵੀ ਭੂਪਤ ਵਰਤਿਆ ਨੇ। ਭੂਪਤ ਦਾ ਅਰਥ ਹੁੰਦਾ ਹੈ ਭੂ, ਨਾ ਕਹਿੰਦੇ ਨੇ ਭੂਮੀ ਨੂੰ, ਭੂਮੀ ਕਹਿੰਦੇ ਨੇ ਜ਼ਮੀਨ ਨੂੰ। ਜਿਹੜੇ ਆਪਣੀਆਂ ਰੇਖਾ ਬਣਾ ਬਣਾ, ਆਪਣੇ ਬਾਰਡਰ ਬਣਾ ਬਣਾ, ਇੰਨੀ ਭੂਮੀ 'ਤੇ, ਇੰਨੀ ਸ੍ਰਿਸ਼ਟੀ 'ਤੇ, ਇੰਨੀ ਕੁ ਜ਼ਮੀਨ 'ਤੇ ਮੇਰਾ ਰਾਜ ਹੈ, ਇਹਨੂੰ ਕਹਿੰਦੇ ਨੇ ਭੂਪਤ, ਪਤੀ ਮਾਲਿਕ। ਮਨ ਨੂੰ ਇੰਨੀ ਕੁ ਭੂਮੀ ਦਾ ਮੈਂ ਮਾਲਿਕ ਹਾਂ, ਐਸ ਰਾਜ ਦਾ ਮੈਂ ਮਾਲਿਕ ਹਾਂ। ਕਹਿਣ ਲੱਗੇ ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ, ਇਸ ਲਈ ਮੇਰਾ ਮਾਲਿਕ ਮੇਰਾ ਪ੍ਰਭੂ ਹੈ ਜਿਹੜਾ ਮੈਨੂੰ ਜੀਵਨ ਦਿੰਦਾ ਅਤੇ ਮੇਰੇ ਜੀਵਨ ਦੀ ਸੰਭਾਲ ਕਰਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।